ਅੱਜ ਦੇ ਇਸ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਦਿਨ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਮੁਕਤਸਰ ਦੇ ਉਹਨਾਂ ਮਹਾਨ ਸ਼ਹੀਦਾਂ ਦੇ ਅੱਗੇ ਆਪਣਾ ਨਮਸਤਕ ਹੁੰਦਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਅਤੇ ਨਾਲ ਨਾਲ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿੱਥੇ ਕਿਤੇ ਵੀ ਬੈਠਾ ਅੱਜ ਦੇ ਪਵਿੱਤਰ ਦਿਹਾੜਾ ਜਿਹਦੇ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 14ਵੀਂ ਲੜਾਈ ਸੀ ਇਹ, ਅਤੇ 14ਵੀਂ ਲੜਾਈ ਦੇ ਉੱਤੇ ਬਹੁਤ ਵੱਡੀ ਜਿੱਤ ਗੁਰੂ ਸਾਹਿਬ ਨੇ ਪ੍ਰਾਪਤ ਕੀਤੀ ਸੀਗੀ, ਮੁਗਲਾਂ ਨੂੰ ਇੱਥੋਂ ਭਜਾਇਆ ਸੀ ਸਾਰੇ। ਸੋ ਇਸ ਕਰਕੇ ਜਿਹੜਾ ਦਿਨ ਹੈ ਸਾਡੀ ਜਿੱਤ ਦਾ ਦਿਨ ਹੈ ਅਤੇ ਇਤਿਹਾਸ ਦਾ ਇਤਿਹਾਸਿਕ ਦਿਨ ਹੈ। ਦੂਜਾ ਸਾਨੂੰ ਖੁਸ਼ੀ ਹੈ ਕਿ 10 ਕੁ ਮਹੀਨੇ ਹੋਏ ਨੇ ਹਲੇ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿੱਚ ਆਇਆ। ਅੱਜ ਦਾ ਜਿਹੜਾ ਇਕੱਠ ਤੁਸੀਂ ਵੇਖਿਆ ਸਾਰਿਆਂ ਨੇ, ਹੁੰਮ ਹੁਮਾ ਕੇ ਕਿਵੇਂ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਆਏ ਨੇ, ਜਿੱਥੇ ਆ ਕੇ ਅਸੀਂ ਪੰਥਕ ਵਿਚਾਰਾਂ ਵੀ ਕੀਤੀਆਂ ਨੇ ਅਤੇ ਸਿਆਸੀ ਵਿਚਾਰਾਂ ਵੀ ਕੀਤੀਆਂ ਨੇ, ਕਿਉਂਕਿ ਸਾਡਾ ਜਿਹੜਾ ਸਿੱਖ ਧਰਮ ਦਾ ਜਿਹੜਾ ਹੈਗਾ ਧਰਮ ਅਤੇ ਰਾਜਨੀਤੀ ਸਾਡੀ ਇਕੱਠੀ ਹੈ, ਗੁਰੂਆਂ ਨੇ ਇਕੱਠੀ ਕੀਤੀ ਹੈ, ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ। ਸੋ ਇਸ ਕਰਕੇ ਜੇ ਅਸੀਂ ਲੋਕਾਂ ਨੂੰ ਗੱਲ ਦੱਸਾਂਗੇ ਨਹੀਂ ਜਬਰ ਜੁਰਮ ਦੀ, ਅਤੇ ਫਿਰ ਇਕੱਠ ਨਹੀਂ ਕਰਾਂਗੇ ਤਾਂ ਉੱਥੇ ਦੱਸਾਂਗੇ ਕਿੱਥੇ। ਸੋ ਮੈਂ ਇਸ ਕਰਕੇ ਦੇਸ਼ ਵਿਦੇਸ਼ ਦੇ ਵੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ, ਚਾਹੇ ਉਹ ਕੋਈ ਕੈਨੇਡਾ 'ਚ ਬੈਠਾ, ਚਾਹੇ ਅਮਰੀਕਾ 'ਚ ਬੈਠਾ, ਚਾਹੇ ਇੰਗਲੈਂਡ 'ਚ ਬੈਠਾ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸੱਚ ਅਤੇ ਝੂਠ ਨੂੰ ਪਛਾਣੋ, ਸੱਚ ਕੌਣ ਬੋਲਦਾ, ਝੂਠ ਕੌਣ ਬੋਲਦਾ, ਕੰਮ ਕਿਹਨੇ ਕੀਤੇ ਆ, ਲਾਰੇ ਕਿਹਨੇ ਲਾਏ ਆ, ਇਹ ਫੈਸਲਾ ਲੋਕਾਂ ਨੇ ਕਰਨਾ। ਪਰ ਮੈਨੂੰ ਲੱਗਦਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਆਪਣੇ ਝੂਠ ਕਰਕੇ ਨੰਗੀ ਹੋ ਗਈ ਆ। ਅੱਜ ਦਾ ਜਿਹੜਾ ਇਕੱਠ ਦੱਸਦਾ ਕਿੰਨੇ ਜੋਸ਼ ਭਰਿਆ ਇਕੱਠ ਸੀ, ਇੰਨਾ ਤਾਂ ਸਾਡੀ ਜਿਹੜੀ ਪਿਛਲੀ ਸਰਕਾਰ ਵੇਲੇ ਹੈ ਨਹੀਂ ਸੀ ਇਕੱਠ ਜਿੰਨਾ ਉਦੋਂ, ਕਿਤੇ ਹੁਣ ਜ਼ਿਆਦਾ ਇਕੱਠ ਹੋਇਆ। ਸੋ ਮੈਨੂੰ ਲੱਗਦਾ ਕਿ ਜਿਹੜੀ ਆਉਣ ਵਾਲੀ ਪਾਰਲੀਮੈਂਟ ਹੈ 2019 ਦੀ, ਸ਼ਾਇਦ ਪਹਿਲਾਂ ਹੀ ਆ ਜਾਏਗੀ 18 ਦੇ ਐਂਡ 'ਚ, ਉਹਦੇ ਵਿੱਚ ਜਿਹੜੇ ਰਿਜ਼ਲਟ ਆ ਉਹ ਅਕਾਲੀ ਦਲ ਵਾਸਤੇ, ਬੀਜੇਪੀ ਵਾਸਤੇ ਬਹੁਤ ਚੰਗੇ ਹੋਣਗੇ। ਜੇ ਗੱਲ ਕੀਤੀ ਜਾਵੇ ਮਲੂਕਾ ਸਾਹਿਬ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ 186 ਕੇਸ ਰੀਓਪਨ ਕੀਤੇ ਹੈ ਜੀ, ਅਤੇ ਕਾਂਗਰਸ ਦਾ ਸਾਹਮਣੇ ਆ ਰਿਹਾ ਖੁੱਲ੍ਹ ਕੇ, ਕੀ ਕਹਿਣਾ? ਦੇਖੋ, ਕਾਂਗਰਸ ਪਾਰਟੀ ਨੇ ਤਾਂ ਸਾਰਾ ਕੰਮ ਖਰਾਬ ਕੀਤਾ, ਕਿਉਂਕਿ ਉਹਨਾਂ ਨੇ ਆਪ ਹੀ ਕਰਾਇਆ। ਹੁਣ ਤਾਂ ਮੁੱਖ ਮੰਤਰੀ ਨੇ ਕਹਿ ਤਾ ਕਿ ਕਾਂਗਰਸੀ ਦੋਸ਼ੀ ਨੇ, ਇਸ ਕਰਕੇ ਲੋਕ ਮੰਗ ਕਰਦੇ ਆ ਕਿ ਉਹਨਾਂ ਕਾਂਗਰਸੀਆਂ ਨੂੰ ਪਾਰਟੀ 'ਚੋਂ ਕੱਢੋ। ਪਰ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਉਹਨਾਂ ਮਾੜੇ ਲੋਕਾਂ ਨੂੰ, ਪਤਾ ਸਾਰਿਆਂ ਨੂੰ, ਪਾਰਟੀ 'ਚੋਂ ਨਹੀਂ ਕੱਢੇਗੀ। ਕਿਉਂ? ਕਿਉਂਕਿ ਜੇ ਉਹਨਾਂ ਨੂੰ ਪਾਰਟੀ 'ਚੋਂ ਕੱਢਤਾ ਕਾਂਗਰਸ ਪਾਰਟੀ ਨੇ, ਉਹ ਦੱਸ ਦੇਣਗੇ ਵੀ ਸਾਥੋਂ ਕਿਹਨੇ ਕਰਾਇਆ। ਇਸ ਕਰਕੇ ਡਰਦੇ ਮਾਰੇ ਕਾਂਗਰਸੀ, ਭਾਵੇਂ ਸਾਰਿਆਂ ਨੂੰ ਪਤਾ ਵੀ ਉਹ ਦੋਸ਼ੀ ਹੈ ਬੰਦੇ, ਪਰ ਉਹਨਾਂ ਨੂੰ ਕਾਂਗਰਸ ਪਾਰਟੀ ਕਾਂਗਰਸ 'ਚੋਂ ਨਹੀਂ ਕੱਢੇਗੀ, ਕਿਉਂਕਿ ਉਹ ਫਿਰ ਸਾਰਾ ਪੜਦਾ ਜਿਹੜਾ ਉਹ ਚੱਕ ਦੇਣਗੇ। ਸੋ ਕਾਂਗਰਸ ਪਾਰਟੀ ਨੇ 12 ਸਾਲ ਤਾਂ ਸਬੂਤ ਹੀ ਮਿਟਾਤੇ, ਕੋਈ FIR ਦਾ ਪਹਿਲੇ ਸ਼ੁਰੂ 'ਚ FIR-ਾਂ ਦਰਜ ਨਹੀਂ ਕੀਤੀਆਂ, ਜਿਹੜੀਆਂ ਮਾੜੀਆਂ ਮੋਟੀਆਂ ਸੀਜ ਆ ਮੈਂ ਉਹ ਵੀ ਉਹਨਾਂ ਨੇ 12 ਸਾਲਾਂ ਦੇ ਵਿੱਚ ਸਮੇਟਤਾ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਮਾਨਯੋਗ ਸੁਪਰੀਮ ਕੋਰਟ ਦਾ, ਜਿਨ੍ਹਾਂ ਨੇ ਦੁਬਾਰਾ ਫਿਰ ਉਹਨਾਂ ਕੇਸਾਂ ਨੂੰ ਰੀਓਪਨ ਕੀਤਾ। ਅਤੇ ਮੈਂ ਬੇਨਤੀ ਕਰਦਾ ਸੁਪਰੀਮ ਕੋਰਟ ਨੂੰ, ਜਿਵੇਂ ਗੁਜਰਾਤ ਦੇ ਵਿੱਚ ਤੁਸੀਂ ਆਪਣੀ ਨਿਗਰਾਨੀ ਦੇ ਵਿੱਚ ਸਾਰਾ ਕੁਝ ਕੀ ਵੇਖਿਆ ਸੀ, ਇਵੇਂ ਜੇ ਕਿ ਤੁਸੀਂ ਇਹ ਸਾਰੇ ਕੇਸਾਂ ਨੂੰ ਇੱਕ ਸਿਟਿੰਗ ਜੱਜ ਬਣਾ ਕੇ ਆਪਣੀ ਨਿਗਰਾਨੀ ਦੇ ਵਿੱਚ ਦੇਖੋ ਅਤੇ ਟਾਈਮ ਬਾਉਂਡ ਕਰੋ ਕਿ ਬਹੁਤ ਸਮਾਂ ਹੋ ਗਿਆ, ਪਹਿਲਾਂ ਹੀ 34-35 ਸਾਲ ਹੋ ਗਏ, ਦੇਰ ਦਾ ਇਨਸਾਫ ਕੋਈ ਇਨਸਾਫ ਨਹੀਂ ਹੁੰਦਾ। ਸੋ ਹਲੇ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਕੁਝ ਨਾ ਕੁਝ ਹੋ ਸਕਦਾ ਤਾਂ ਸੁਪਰੀਮ ਕੋਰਟ ਜ਼ਰੂਰ ਕਰੇ, ਆਪਣੀ ਨਿਗਰਾਨੀ ਦੇ ਥੱਲੇ ਗੁਜਰਾਤ ਵਾਂਗੂ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਵੇ। ਜੇ ਗੱਲ ਕੀਤੀ ਜਾਵੇ ਬਠਿੰਡਾ ਥਰਮਲ ਪਲਾਂਟ ਦੀ, ਜਦੋਂ ਕੈਪਟਨ ਸਾਹਿਬ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਵੀ ਇਹੀ ਸੀ ਵੀ ਥਰਮਲ ਪਲਾਂਟ ਕੋਈ ਵੀ ਬੰਦ ਨਹੀਂ ਕਰਾਂਗੇ, ਉਹ 14 ਦਿਨ ਹੋ ਗਏ ਇੰਨੀ ਠੰਡ ਦੇ ਵਿੱਚ ਆਪਣੇ ਬੱਚਿਆਂ ਨੂੰ ਕਾਂਗਰਸ ਪਾਰਟੀ ਬੰਦ ਵਾਲੀ ਸਰਕਾਰ ਹੈ, ਥਰਮਲ ਵੀ ਬੰਦ, ਸਕੂਲ ਵੀ ਬੰਦ, ਸੁਵਿਧਾ ਸੈਂਟਰ ਵੀ ਬੰਦ, ਬਿਜਲੀ ਦੀਆਂ ਵੀ ਕੱਟਾਂ, ਆਟਾ ਦਾਲ ਵੀ ਬੰਦ, ਸਗਨ ਵੀ ਬੰਦ, ਪੈਨਸ਼ਨ ਵੀ ਬੰਦ, ਇਹ ਬੰਦ ਵਾਲੀ ਸਰਕਾਰ ਹੈ, ਇਹ ਕਦੇ ਕੁਛ ਨਹੀਂ, ਕਦੇ ਵੀ ਨਹੀਂ ਚਲਾਇਆ ਕਾਂਗਰਸ ਨੇ ਕੁਛ। ਸੋ ਥਰਮਲ ਪਲਾਂਟ ਬੰਦ ਨਹੀਂ ਕਰਨਾ ਚਾਹੀਦਾ, ਬਿਜਲੀ ਦਾ ਤਾਂ ਇਹਨਾਂ ਨੇ ਸੰਕਟ ਪੈਦਾ ਕਰਤਾ, 10 ਸਾਲ ਅਸੀਂ ਬਿਜਲੀ 'ਤੇ ਕੱਟ ਨਹੀਂ ਲਾਇਆ, ਹੁਣ ਤੁਸੀਂ ਪਿੰਡਾਂ 'ਚ ਜਾਓ, ਸ਼ਹਿਰਾਂ 'ਚ ਜਾਓ, ਕੱਟ ਲੱਗਣ ਲੱਗ ਗਏ, ਫਿਰ ਥਰਮਲ ਕਿਉਂ ਬੰਦ ਕਰੀ ਬੈਠੇ ਜੇ ਬਿਜਲੀ ਘੱਟ ਆ ਤਾਂ? ਸੋ ਇਸ ਕਰਕੇ ਥਰਮਲ ਚਲਾਉਣ, ਇਸ ਥਰਮਲ ਨੂੰ ਵੀ ਨਵਾਂ ਸਿਸਟਮ ਦੇ ਮੁਤਾਬਿਕ, ਮੈਂ ਕਹਿੰਦਾ ਕਿ ਪੁਰਾਣਾ ਹੋ ਗਿਆ, ਮੈਂ ਸਹਿਮਤ ਹਾਂ ਇਸ ਗੱਲ ਨਾਲ, ਪਰ ਇਹ ਨਹੀਂ ਕਿ ਇਹਨੂੰ ਬੰਦ ਕਰ ਦਈਏ। ਇੱਥੇ ਤੁਸੀਂ ਵੱਡੇ ਯੂਨਿਟ ਹੁਣ ਲਾ ਸਕਦੇ ਹਾਂ, 700-700 MW ਦੇ, ਹਰ ਸਾਲ ਇੱਕ ਲਾ ਲਿਆ ਕਰੋ, ਇੱਕ ਸਾਲ ਇੱਕ ਕਰ ਲਿਆ ਕਰੋ, 4 ਸਾਲਾਂ 4 ਨਵੇਂ ਲੱਗ ਜਾਣਗੇ, 2500 MW ਬਿਜਲੀ ਆ ਜਾਏਗੀ ਪੰਜਾਬ ਨੂੰ ਲੋੜ ਆਉਣ ਵਾਲੇ ਸਮੇਂ 'ਚ ਬਿਜਲੀ। ਜੇ ਤੁਸੀਂ ਕਹੋ ਇੰਡਸਟਰੀ ਲਾਉਣੀ ਹੈ ਤਾਂ ਜੇ ਥਰਮਲ ਬੰਦ ਕਰੀ ਜਾਓਗੇ ਇੰਡਸਟਰੀ ਕਾਹਦੇ ਨਾਲ ਚੱਲੇਗੀ? ਸੋ ਜੇ ਇੰਡਸਟਰੀ ਲਾਉਣੀ ਹੈ, ਲੋਕਾਂ ਦੇ ਘਰਾਂ 'ਚ ਵੀ ਬਿਜਲੀ ਦੀ ਮੰਗ ਵਧੀ ਜਾਂਦੀ ਹੈ ਲੋਕਾਂ ਦੀ, ਤਾਂ ਇਹਨੂੰ ਤੁਸੀਂ ਵੱਡਾ ਕਰੋ, 700-700 MW ਦੇ ਨਵੇਂ ਯੂਨਿਟ ਲਾ ਕੇ 4 ਸਾਲਾਂ 'ਚ ਇਹਨੂੰ ਮੁਕੰਮਲ ਕਰ ਲਓ। ਲੋਨ ਮਿਲ ਜਾਣਾ, ਕੋਈ ਤੁਹਾਡਾ ਕੋਲੋਂ ਵੀ ਨਹੀਂ ਲੱਗਣਾ, ਮੁਲਾਜ਼ਮ ਹੈਗਾ ਹੀ ਹੈ, ਇਨਫਰਾਸਟ੍ਰਕਚਰ ਸਾਰਾ ਬਣਿਆ ਹੋਇਆ, ਕੋਈ ਬਹੁਤਾ ਖਰਚਾ ਵੀ ਨਹੀਂ ਹੈਗਾ। ਨਹੀਂ, ਬਿਲਕੁਲ ਭੱਜੇ ਆ, ਵੇਖੋ ਬਿਲਕੁਲ ਇਹਦੇ ਕੋਈ ਦੋ ਸ਼ੱਕ ਹੀ ਨਹੀਂ ਹੈਗਾ, ਬਿਲਕੁਲ ਭੱਜੇ ਆ। ਜੇ ਕਾਨਫਰੰਸਾਂ ਕਰਕੇ ਲੋਕਾਂ ਨੂੰ ਅਸੀਂ ਇਤਿਹਾਸ ਹੀ ਨਹੀਂ ਦੱਸਾਂਗੇ, ਜੇ ਮੁਕਤਸਰ ਦਾ ਅਸੀਂ ਇਤਿਹਾਸ ਹੀ ਨਹੀਂ ਲੋਕਾਂ ਨੂੰ ਦੱਸਾਂਗੇ ਕਿ ਇੱਥੇ ਕੀ ਹੋਇਆ ਸੀ, ਤਾਂ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ? ਉਹ ਇਕੱਠਾਂ 'ਚ ਹੀ ਦੱਸਿਆ ਜਾਏਗਾ ਨਾ। ਸੋ ਫਤਿਹਗੜ੍ਹ ਸਾਹਿਬ ਦੀ ਸਮਝ ਆਉਂਦੀ ਹੈ ਕਿ ਛੋਟੇ ਬੱਚੇ ਸੀ, ਜ਼ੁਲਮ ਹੋਇਆ ਸੀ, ਚਲੋ ਉੱਥੇ ਸਾਰਿਆਂ ਨੇ ਕਿਹਾ ਕਿ ਠੀਕ ਹੈ, ਪਰ ਬਾਕੀ ਤਾਂ ਥਾਂ 'ਤੇ ਅਸੀਂ ਸਾਰਾ ਇਹ ਕਾਨਫਰੰਸਾਂ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਜਾਤੀਆਂ ਦੱਸੀਆਂ ਜਾ ਸਕਦੀਆਂ। ਉਦੋਂ ਵੀ ਸਿੱਖ ਇਕੱਠ ਕਰਦੇ ਹੁੰਦੇ ਸੀਗੇ ਜਦੋਂ ਮੁਗਲਾਂ ਦਾ ਰਾਜ ਸੀ, ਦੱਸਦੇ ਹੁੰਦੇ ਸੀ ਜ਼ੁਲਮ ਦੀਆਂ ਕਹਾਣੀਆਂ, ਹੁਣ ਵੀ ਲੋਕ ਦੱਸਦੇ ਆ ਜਿਹੜੀ।
जे गल की जाए राणा गुरजीत सिंह के काफ़ी उदो कैप्टन साहब ये कहें भी जेकर मेरी पार्टी कोई करप्ट नेता होया तो मैं उन्होंने परचा दर्ज कराँगा उन्होंने कढ़ देंगा लेकिन फिर तो सारे कांग्रेसियों को कढ़ना पैना अमरिंदर सिंह कोई बचना ही नहीं है मैंने लगता कोई बचना ही नहीं फिर की करूँगा सारे कढ़ना पड़ेगा कोई लगता ही नहीं सानू तो यह जहाँ भी जो कोई हो इस गल तो बचा हो। आप जी देख रहे हो पटियाला टीवी, पटियाला टीवी जोड़े आप जी ने सोने पंजाब देश हमेशा देखते रहो पटियाला टीवी।